ਪਟਿਆਲਾ ਯੂਨੀਵਰਸਿਟੀ ਦੇ ਵਿੱਚੋਂ ਗਰਦੀਪ ਸਿੰਘ ਨੌਜਵਾਨ ਹੈ ਜੋ ਲਾ ਦਾ ਸਟੂਡੈਂਟ ਹੈ ਲਾ ਦਾ ਕੋਰਸ ਕਰ ਰਿਹਾ ਦਿੱਲੀ ਪੁਲਿਸ ਨੇ ਚੋਰਾਵਾਂ ਨੂੰ ਜਾ ਕੇ ਧੜਵਾਂ ਨੂੰ ਜਾ ਕੇ ਉਹਨੂੰ ਚੁੱਕਿਆ ਉਸ ਤੋਂ ਬਾਅਦ ਉਸ ਨੂੰ ਅੰਬਾਲਾ ਲਿਆ ਕੇ ਹਰਿਆਣੇ ਦੇ ਹੱਦ ਦੇ ਵਿੱਚ ਲਿਆ ਕੇ ਸਾਰੀ ਰਾਤ ਉਹਦੇ ਤੇ ਜਿਹੜਾ ਅਣਮਨੁੱਖੀ ਅ ਤੀਜੇ ਡਰ ਜਿਹੜਾ ਦਰਜੇ ਦਾ ਜਿਹੜਾ 3rd ਡਿਗਰੀ ਜਿਹੜਾ ਟਾਰਚਰ ਕੀਤਾ ਗਿਆ ਉਹ ਹੁਣ ਜਦੋਂ ਉਹਨੂੰ ਮਿਲੇ ਉਹਨੇ ਦੱਸਿਆ ਵੀ ਮੇਰੇ ਮੂੰਹ 'ਚ ਕੱਪੜਾ ਦੇ ਕੇ ਮੇਰਾ ਮੂੰਹ ਬੰਦ ਕਰਕੇ ਤਾਂ ਕਿ ਮੈਂ ਰੋਲਾ ਨਾ ਪਾ ਸਕਾਂ ਮੇਰੀਆਂ ਮਤਲਬ ਪਾਤਲੀਆਂ ਕੁੱਟੀਆਂ ਨੇ ਮੇਰੇ ਪੱਟਾਂ ਦੇ ਮਾਸ ਪਾੜਿਆ ਉਹਨਾਂ ਨੇ ਮੇਰਾ ਪਿੱਠ ਦਾ ਮਾਸ ਪਾੜਿਆ ਇਹ ਕੱਲਾ ਉਹ ਨੌਜਵਾਨ ਮੁੰਡਾ ਗੁਰਦੀਪ ਸਿੰਘ ਸਧਾਣਾ ਜੋ ਕਿ ਲੱਖਾ ਸਿੰਘ ਸਧਾਣੇ ਦੇ ਸਕੇ ਚਾਚੇ ਦਾ ਮੁੰਡਾ ਉਹਦੇ ਤੇ ਜਿਹੜਾ ਟਾਰਚ ਟਾਰਚ ਕੀਤਾ ਗਿਆ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਇਹ ਕੱਲੇ ਮਤਲਬ ਗੈਰ ਕਾਨੂੰਨੀ ਵੀ ਹੈ ਤੇ ਜਿਹੜਾ ਮਨੁੱਖੀ ਅਧਿਕਾਰ ਹੈ ਕਿਸੇ ਵੀ ਬੰਦੇ ਦੇ ਜਾਂ ਉਹਦੇ ਜਿਹੜੇ ਜਮਹੂਰੀ ਅਧਿਕਾਰ ਹੈ ਉਹਨਾਂ ਦੀ ਉਲੰਘਣਾ ਹੈਗੀ ਹੈ ਵੀ ਜਿਹੜੇ ਉਹਦੇ ਤੇ ਹਾਰਟਚਰ ਕੀਤਾ ਗਿਆ ਇੱਕ ਇਹਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਇਹਦੇ ਬਾਰੇ ਹਜੇ ਸਰਕਾਰ ਦਾ ਕੁਝ ਨਹੀਂ ਅਸੀਂ ਸਮਝਦੇ ਆਵੇਂ ਇਹਦੇ ਵਿੱਚ ਦਿੱਲੀ ਪੁਲਿਸ ਨੂੰ ਜਿਹੜੀ ਇਜਾਜ਼ਤ ਦਿੱਤੀ ਹੈ ਇਹਦੇ ਵਿੱਚ ਪੰਜਾਬ ਚੋਂ ਚੱਕਣ ਦੀ ਤੇ ਉਸ ਤੋਂ ਬਾਅਦ ਉਹਦਾ ਕੋਈ ਨੋਟਸ ਨਹੀਂ ਲਿਆ ਕੋਈ ਸੰਗਿਆਣ ਨਹੀਂ ਲਿਆ ਗਿਆ ਇਹਦੇ ਵਿੱਚ ਸਿੱਧੇ ਤੌਰ ਤੇ ਪੰਜਾਬ ਦਾ ਜੋ ਮੁੱਖ ਮੰਤਰੀ ਹੈ ਕੈਪਟਨ ਹਰਮਿੰਦਰ ਸਿੰਘ ਜੋ ਪੁਲਿਸ ਦਾ ਮੁਖੀ ਹੈ ਪੰਜਾਬ ਪੁਲਿਸ ਦਾ ਡੀਜੀਪੀ ਪੰਜਾਬ ਉਹ ਤੇ ਤੀਜੇ ਨੰਬਰ ਤੇ ਜਿਹੜੇ ਜ਼ਿਲ੍ਹੇ ਚ ਚੱਕਿਆ ਗਿਆ ਉਹ ਜ਼ਿਲ੍ਹੇ ਦਾ ਜਿਹੜਾ ਪੁਲਿਸ ਮੁਖੀ ਹੈ ਐਸਐਸਪੀ ਪਟਿਆਲਾ ਤਿੰਨੇ ਤੌਰ ਤੇ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਜਿਹੜੇ ਵੀ ਇਸ ਅਣਮੁਖੀ ਤਸ਼ੱਦਦ ਕਰਨ ਚ ਜਾਂ ਗੈਰਕਾਨੂੰਨੀ ਢੰਗ ਨਾਲ ਚੱਕਣ ਦੇ ਵਿੱਚ ਪੁਲਿਸ ਅਧਿਕਾਰੀ ਜਾਂ ਪੁਲਿਸ ਮੁਲਾਜ਼ਮ ਜਿਹੜੇ ਸ਼ਾਮਲ ਹੈ ਉਹਨਾਂ ਤੇ ਜਿਹੜੇ ਬਣਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇ ਇਹਨਾਂ ਨੇ ਫੌਰਨ ਕਾਨੂੰਨੀ ਕਾਰਵਾਈ ਨਹੀਂ ਕੀਤੀ ਤਾਂ ਸਾਨੂੰ ਇਸ ਪੰਜਾਬ ਸਰਕਾਰ ਦੇ ਖਿਲਾਫ ਇਸ ਇਸ਼ੂ ਨੂੰ ਲੈ ਕੇ ਕੋਈ ਜਿਹੜਾ ਅਗਲਾ ਸਖਤ ਐਕਸ਼ਨ ਅਲਿਖਣ ਲਈ ਸਾਨੂੰ ਮਜਬੂਰ ਹੋਣਾ ਪਊਗਾ ਮੈਂ ਸਰਜੀਤ ਸਿੰਘ ਫੂਲ ਸੂਬਾ ਪ੍ਰਧਾਨ ਭਾਰਤੀ ਕਿਸਾਨ ਜੋ ਉਹਨੇ ਕ੍ਰਾਂਤੀਕਾਰੀ ਅ ਦੇਖੋ ਜੀ ਪਿਛਲੇ ਦਿਨੀ ਅ ਪੰਜਾਬ ਪੁਲਿਸ ਦੀ ਵੀ ਕਹਿ ਲਓ ਤੇ ਦਿੱਲੀ ਵਾਲੀ ਪੁਲਿਸ ਵੱਲੋਂ ਰਲ ਕੇ ਇੱਕ ਬਹੁਤ ਹੀ ਜਿਹੜੇ ਘਨੌਣੇ ਕਾਰਵਾਈ ਆ ਜਿਹੜੇ ਅੰਦੋਲਨ ਨੂੰ ਫੇਲ ਕਰਨ ਦੇ ਖਾਤਰ ਜਾਂ ਅੰਦੋਲਨ ਦੇ ਪੱਖੀਆਂ ਨੂੰ ਨਰਾਸ਼ ਕਰਨ ਦੇ ਖਾਤਰ ਕੀਤੀ ਗਈ ਹੈ ਜਿਹੜੀ ਕਿ 8 ਤਰੀਕ ਦੇ ਸ਼ਾਮ ਨੂੰ ਪਟਿਆਲਾ ਯੂਨੀਵਰਸਿਟੀ ਦੇ ਵਿੱਚੋਂ ਗਰਦੀਪ ਸਿੰਘ ਨੌਜਵਾਨ ਹੈ ਜੋ ਲਾ ਦਾ ਸਟੂਡੈਂਟ ਹੈ ਲਾ ਦਾ ਕੋਰਸ ਕਰ ਰਿਹਾ ਦਿੱਲੀ ਪੁਲਿਸ ਨੇ ਚੋਰਾਵਾਂ ਨੂੰ ਜਾ ਕੇ ਧੜਵਿਆਂ ਨੂੰ ਜਾ ਕੇ ਉਹਨੂੰ ਚੁੱਕਿਆ ਕੋਈ ਉਹਦੀ ਕਿਸੇ ਉਹਦੇ ਦੋਸਤ ਮਿੱਤਰ ਨੂੰ ਕਿਸੇ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਵੀ ਅਸੀਂ ਕਿਉਂ ਚੱਕਿਆ ਕਿੱਥੇ ਲੈ ਕੇ ਜਾਂਦੇ ਆ ਉਹ ਵੀ ਸੀਸੀਟੀਵੀ ਕੈਮਰੇ ਚੋਂ ਪਤਾ ਲੱਗਿਆ ਵੀ ਉਹ ਪੁਲਿਸ ਉਹਨੂੰ ਬਾਹਰ ਲਈ ਚੁੱਕ ਕੇ ਲੈ ਕੇ ਗਈ ਹੈ ਉਸ ਤੋਂ ਬਾਅਦ ਉਸ ਨੂੰ ਅੰਬਾਲੇ ਲਿਆ ਕੇ ਹਰਿਆਣੇ ਦੇ ਹੱਦ ਦੇ ਵਿੱਚ ਲਿਆ ਕੇ ਸਾਰੀ ਰਾਤ ਉਹਦੇ ਤੇ ਜਿਹੜਾ ਅਣਮਨੁੱਖੀ ਅ ਤੀਜੇ ਜਿਹੜਾ ਦਰਜੇ ਦਾ ਜਿਹੜਾ 3rd ਡਿਗਰੀ ਜਿਹੜਾ ਟਾਰਚਰ ਕੀਤਾ ਗਿਆ ਉਹ ਹੁਣ ਜਦੋਂ ਉਹਨੂੰ ਮਿਲੇ ਉਹਨੇ ਦੱਸਿਆ ਵੀ ਮੇਰੇ ਮੂੰਹ 'ਚ ਕੱਪੜਾ ਦੇ ਕੇ ਮੇਰਾ ਮੂੰਹ ਬੰਦ ਕਰਕੇ ਤਾਂ ਕਿ ਮਰੌਲਾ ਨਾ ਪਾ ਸਕਾਂ ਮੇਰੀਆਂ ਮਤਲਬ ਪਾਤਲੀਆਂ ਕੁੱਟੀਆਂ ਨੇ ਮੇਰੇ ਪੱਟਾਂ ਦੇ ਮਾਸ ਪਾੜਿਆ ਉਹਨਾਂ ਨੇ ਮੇਰਾ ਪਿੱਠ ਦਾ ਮਾਸ ਪਾੜਿਆ ਹੁਣ ਉਹ ਦਾਖਲ ਹੈ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਸੋ ਇਹ ਜਿਹੜੇ ਕਾਰਵਾਈ ਹੈ ਸਾਰੇ ਪੱਖਾਂ ਤੋਂ ਕਾਨੂੰਨੀ ਪੱਖ ਤੋਂ ਵੀ ਜਿਹੜਾ ਇਹ ਕਹਿੰਦੇ ਆ ਵੀ ਅਸੀਂ ਕਾਨੂੰਨ ਦੇ ਪਾਬੰਦ ਆ ਲੋਕਾਂ ਨੂੰ ਵੀ ਕਿਸਾਨਾਂ ਨੂੰ ਕਹਿੰਦੇ ਆ ਵੀ ਸਾਰਿਆਂ ਨੂੰ ਕਾਨੂੰਨ ਦੇ ਪਾਬੰਦ ਰਹਿਣਾ ਚਾਹੀਦਾ ਕਾਨੂੰਨੀ ਪੱਖ ਤੋਂ ਵੀ ਇਹ ਗੈਰਕਾਨੂੰਨੀ ਹੈ ਕਿਉਂਕਿ ਜੇ ਕਿਸੇ ਦੇ ਕੇਸ ਵੀ ਬਣਿਆ ਹੋਵੇ ਤਾਂ ਉਹਨੂੰ ਗ੍ਰਿਫਤਾਰ ਕਰਕੇ ਉਹ ਤੋਂ ਪੁੱਛਗਿੱਛ ਦਾ ਹੱਕ ਹੁੰਦਾ ਉਹਦੇ ਤੇ 3 ਡਿਗਰੀ ਟਾਰਚਰ ਜਿਹਦੇ ਤੇ ਕੋਈ ਪਰਚਾ ਵੀ ਹੋਵੇ ਉਹਦੇ ਤੇ ਨਹੀਂ ਹੋਰ ਪਰ ਇਸ ਮੁੰਡੇ ਤੇ ਤਾਂ ਕੋਈ ਪਰਚਾ ਨਹੀਂ ਉਹੀ ਉਹਦੇ ਦੇ ਕੇਸ ਨੇ ਇਸ ਨੂੰ ਚੱਕ ਕੇ ਇਸ ਤਰੀਕੇ ਦੇ ਨਾਲ ਬਿਨਾ ਕਿਸੇ ਨੂੰ ਦੱਸੇ ਜਿਹੜਾ 3 ਡਿਗਰੀ ਟਾਰਚਰ ਕੀਤਾ ਗਿਆ ਇਹ ਇਕੱਲਾ ਉਹ ਨੌਜਵਾਨ ਮੁੰਡਾ ਗੁਰਦੀਪ ਸਿੰਘ ਸਧਾਨਾ ਜੋ ਕਿ ਲੱਖਾ ਸਿੰਘ ਸਧਾਨੇ ਦੇ ਸਕੇ ਚਾਚੇ ਦਾ ਮੁੰਡਾ ਉਹਦੇ ਤੇ ਜਿਹੜਾ ਟਾਰਚ ਟਾਰਚ ਕੀਤਾ ਗਿਆ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਇਹ ਇਕੱਲੇ ਮਤਲਬ ਗੈਰ ਕਾਨੂੰਨੀ ਵੀ ਹੈ ਤੇ ਜਿਹੜਾ ਮਨੁੱਖੀ ਅਧਿਕਾਰ ਹੈ ਕਿਸੇ ਵੀ ਬੰਦੇ ਦੇ ਜਾਂ ਉਹਦੇ ਜਿਹੜੇ ਜਮਹੂਰੀ ਅਧਿਕਾਰ ਹੈ ਉਹਨਾਂ ਦੀ ਉਲੰਘਣਾ ਹੈਗੀ ਹੈ ਏ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਉਸੇ ਦਿਨੇ ਸਾਨੂੰ 9 ਤਰੀਕ ਨੂੰ ਇਸ ਗੱਲ ਦਾ ਪਤਾ ਲੱਗਿਆ ਜਦੋਂ ਉਹ ਮਾਰਚ ਦੇ ਵਿੱਚ ਅਸੀਂ ਆ ਰਹੇ ਸੀਗੇ ਮਸਤੋਂ ਆਣੇ ਤੋਂ ਉਸ ਮੌਕੇ ਅਸੀਂ ਇਹ ਦਿਨ ਖੇਦੀ ਵੀ ਕੀਤੀ ਸੋਸ਼ਲ ਮੀਡੀਆ ਰਾਹੀਂ ਵੀ ਨਖੇਦੀ ਕੀਤੀ ਇਹਨਾਂ ਦੇ ਕੁਝ ਅਧਿਕਾਰੀਆਂ ਨੂੰ ਫੋਨ ਕਰਕੇ ਵੀ ਵਾਰਨਿੰਗ ਦਿੱਤੀ ਵੀ ਤੁਸੀਂ ਉਹਦਾ ਫੌਰੇ ਤੁਸੀਂ ਦੱਸੋ ਇਹ ਪੰਜਾਬ ਪੁਲਿਸ ਦੀ ਡਿਊਟੀ ਬਣਦੀ ਹੈ ਤੇ ਵੀ ਉਹ ਕਿਉਂ ਚੱਕਿਆ ਹੈ ਕਿਹੜੇ ਕੇਸ ਚੱਕਿਆ ਹੈ ਕਿੱਥੇ ਕੀਤਾ ਗਿਆ ਪਰ ਉਹਨਾਂ ਨੇ ਉਸ ਤੋਂ ਬਾਅਦ ਭਾਵੇਂ ਉਹਨੂੰ ਛੱਡਤਾ ਪਰ ਇਸ ਗੱਲ ਤੇ ਵੀ ਜਿਹੜੇ ਉਹਦੇ ਤੇ ਹਰਟਾਰਚਰ ਕੀਤਾ ਗਿਆ ਇਹ ਇੱਕ ਇਹਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਇਹਦੇ ਬਾਰੇ ਹਜੇ ਸਰਕਾਰ ਦਾ ਕੁਝ ਨਹੀਂ ਅਸੀਂ ਸਮਝਦੇ ਆਵੇਂ ਇਹਦੇ ਵਿੱਚ ਦਿੱਲੀ ਪੁਲਿਸ ਨੂੰ ਜਿਹੜੀ ਇਜਾਜ਼ਤ ਦਿੱਤੀ ਹੈ ਇਹਦੇ ਵਿੱਚ ਪੰਜਾਬ ਚੋਂ ਚੱਕਣ ਦੀ ਤੇ ਉਸ ਤੋਂ ਬਾਅਦ ਉਹਦਾ ਕੋਈ ਨੋਟਸ ਨਹੀਂ ਲਿਆ ਕੋਈ ਸੰਗਿਆਣ ਨਹੀਂ ਲਿਆ ਗਿਆ ਇਹਦੇ ਵਿੱਚ ਸਿੱਧੇ ਤੌਰ ਤੇ ਪੰਜਾਬ ਦਾ ਜੋ ਮੁੱਖ ਮੰਤਰੀ ਹੈ ਕੈਪਟਨ ਹਰਮਿੰਦਰ ਸਿੰਘ ਜੋ ਪੁਲਿਸ ਦਾ ਮੁਖੀ ਹੈ ਪੰਜਾਬ ਪੁਲਿਸ ਦਾ ਡੀਜੀਪੀ ਪੰਜਾਬ ਉਹ ਤੇ ਤੀਜੇ ਨੰਬਰ ਤੇ ਜਿਹੜੇ ਜ਼ਿਲ੍ਹੇ ਚ ਚੱਕਿਆ ਗਿਆ ਉਹ ਜ਼ਿਲ੍ਹੇ ਦਾ ਜਿਹੜਾ ਪੁਲਿਸ ਮੁਖੀ ਐ ਐਸਐਸਪੀ ਪਟਿਆਲਾ ਤਿੰਨੇ ਤੌਰ ਤੇ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਅਸੀਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਸਟੇਜ ਤੇ ਵੀ ਬੋਲ ਕੇ ਆਏ ਆਂ ਤੇ ਇਦੋਂ ਵੀ ਨਾ ਪ੍ਰੈਸ ਨੂੰ ਵੀ ਇਸ ਆਈਟੀ ਸੈੱਲ ਦਾ ਜਿਹੜਾ ਆਪਣਾ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਆਈਟੀ ਸੈੱਲ ਆ ਉਹਦੇ ਮਾਧਮੇ ਰਾਹੀਂ ਵੀ ਅਸੀਂ ਇਹ ਵਾਰਨਿੰਗ ਦਿੰਨੇ ਆ ਉਹਨਾਂ ਨੂੰ ਬਈ ਉਹ ਜਿਹੜਾ ਪੰਜਾਬ ਸਰਕਾਰ ਐ ਇਹਦਾ ਫੌਰੇ ਨੋਟਿਸ ਲਵੇ ਜਿਹੜੇ ਵੀ ਇਸ ਅਣਮੁਖੀ ਤਸ਼ੱਦਦ ਕਰਨ ਚ ਜਾਂ ਗੈਰਕਾਨੂੰਨੀ ਢੰਗ ਨਾਲ ਚੱਕਣ ਦੇ ਵਿੱਚ ਪੁਲਿਸ ਅਧਿਕਾਰੀ ਜਾਂ ਪੁਲਿਸ ਮੁਲਾਜ਼ਮ ਜਿਹੜੇ ਸ਼ਾਮਲ ਹੈ ਉਹਨਾਂ ਤੇ ਜਿਹੜੇ ਬਣਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇ ਇਹਨਾਂ ਨੇ ਫੌਰਨ ਕਾਨੂੰਨੀ ਕਾਰਵਾਈ ਨਹੀਂ ਕੀਤੀ ਤਾਂ ਸਾਨੂੰ ਇਸ ਪੰਜਾਬ ਸਰਕਾਰ ਦੇ ਖਿਲਾਫ ਇਸ ਇਸ਼ੂ ਨੂੰ ਲੈ ਕੇ ਕੋਈ ਜਿਹੜਾ ਅਗਲਾ ਸਖਤ ਐਕਸ਼ਨ ਅਲਿਖਣ ਲਈ ਸਾਨੂੰ ਮਜਬੂਰ ਹੋਣਾ ਪਊਗਾ ਦੂਸਰੀ ਗੱਲ ਮੈਂ ਸਮਝਦਾ ਹਾਂ ਵੀ ਭਾਵੇਂ ਇਹ ਗੁਰਦੀਪ ਸਿੰਘ ਦਾ ਹੈਗਾ ਪਰ ਇਹਦੇ ਪਿੱਛੇ ਉਹਨਾਂ ਦਾ ਮਨੋਰਥ ਜਿਵੇਂ ਪਹਿਲਾਂ ਵੀ ਉਹਨਾਂ ਨੇ NIA ਵੱਲੋਂ ਅ ਕਿਸਾਨਾਂ ਨੂੰ ਜਾਂ ਆਗੂਆਂ ਨੂੰ ਨਿਰਾਸ਼ ਕਰਨ ਦੇ ਖਾਤਰ ਉਹਨਾਂ ਦੇ ਮਨਾਂ 'ਚ ਦਹਿਲ ਪੈਦਾ ਕਰਨ ਦੇ ਖਾਤਰ ਉਹਨਾਂ ਵੱਲੋਂ ਨੋਟਿਸ ਭੇਜੇ ਗਏ ਸੀਗੇ ਜਾਂ ਉਹਨਾਂ ਨੇ ਪਿੰਡਾਂ ਦੇ ਵਿੱਚ ਜਾ ਕੇ ਦਿੱਲੀ ਪੁਲਿਸ ਵੱਲੋਂ ਵੀਡੀਓ ਵਗੈਰਾ ਦਿਖਾ ਕੇ ਕੋਈ ਆਪਣੀਆਂ ਉਹਨਾਂ ਦੀਆਂ ਜਿਹੜੀਆਂ ਬਣਾਗੀਆਂ ਹੋਈਆਂ ਸੀਗੀਆਂ ਉਹਦੇ ਤੇ ਉਹਨਾਂ ਨੇ ਪਿੰਡਾਂ 'ਚ ਜਾਣਾ ਸ਼ੁਰੂ ਕੀਤਾ ਸੀਗਾ ਅਸੀਂ ਉਦੋਂ ਵੀ ਇਹਨੂੰ ਕਿਹਾ ਸੀਗਾ ਵੀ ਇਹ ਘੋਲਗਰੋਧ ਦੀ ਸਾਜ਼ਿਸ਼ ਹੈ ਕਿਉਂਕਿ ਜਿਹੜੇ ਕੇਸ ਐ ਉਹ ਝੁੱਠੇ ਐ 22 ਜਨਵਰੀ ਵਾਲੇ ਸਾਰੇ ਕੇਸ ਕਿਸਾਨਾਂ ਨੇ ਕੋਈ ਹਿੰਸਾ ਨਹੀਂ ਕੀਤੀ ਕਿਸਾਨਾਂ ਨੇ ਸਿਰਫ ਰੋਕਾਂ ਦੂਰ ਕੀਤੀਆਂ ਨੇ ਰੋਕਾਂ ਦੂਰ ਕਰਨਾ ਕੋਈ ਹਿੰਸਕ ਕਾਰਵਾਈ ਨਹੀਂ ਹੁੰਦੀ ਹਿੰਸਾ ਸਰਕਾਰ ਨੇ ਕੀਤੀ ਹੈ ਪੁਲਿਸ ਨੇ ਕੀਤੀ ਹੈ ਸੋ ਇਸ ਕਰਕੇ ਉਦੋਂ ਵੀ ਅਸੀਂ ਕਿਹਾ ਸੀਗਾ ਵੀ ਕੇਸ ਵਾਣਨੇ ਚਾਹੀਦੇ ਆ ਪੁਲਿਸ ਤੇ ਜਿਨ੍ਹਾਂ ਨੇ ਬਿਨਾਂ ਕਿਸੇ ਮੰਜਿਸਟ੍ਰੇਟ ਦੀ ਇਜਾਜ਼ਤ ਤੋਂ ਇੱਕ ਨੌਜਵਾਨ ਦੇ ਗੋਲੀ ਮਾਰੀ ਹੈ ਸੋ ਉਹ ਕੇਸ ਸਾਰੇ ਝੂਠੇ ਸੀ ਅਸੀਂ ਉਦੋਂ ਐਲਾਨ ਕੀਤਾ ਸੀਗਾ ਵੀ ਜੇ ਝੂਠੇ ਕੇਸਾਂ 'ਚ ਕਿਸੇ ਵੀ ਜਿਹੜੇ 26 ਜਨਵਰੀ ਨਾਲ ਸੰਬੰਧਿਤ ਕੇਸ ਹੈ ਜੇ ਨੌਜਵਾਨ ਦੇ ਜਾਂ ਕਿਸਾਨ ਦੇ ਘਰੇ ਜਾਣਗੇ ਪੰਜਾਬ 'ਚ ਹਰਿਆਣਾ 'ਚ ਤਾਂ ਅਸੀਂ ਕਿਹਾ ਸੀਗਾ ਇਸ ਵਿਕਰਾਂ 'ਚ ਅਨਾਉਂਸ ਕਰੋ ਤੁਰੰਤ ਇਕੱਠ ਕਰਕੇ ਉਹਨਾਂ ਦਾ ਘਰਾਓ ਕਰੋ ਉਹਨਾਂ ਦਾ ਕੋਈ ਉਹਨਾਂ ਨੂੰ ਨੁਕਸਾਨ ਨਾ ਪਹਚਾਓ ਕੋਈ ਉਹਨਾਂ ਨੂੰ ਝੋਟਣਾ ਨਾ ਲਾਓ ਜਿੰਨਾ ਚਿਰ ਤੱਕ ਉਹਨਾਂ ਦੇ ਉੱਚ ਅਧਿਕਾਰੇ ਆ ਕੇ ਉਹਨੂੰ ਛੜਾ ਕੇ ਨਹੀਂ ਲੈ ਕੇ ਜਾਂਦੇ ਗਾਂ ਨੂੰ ਜ਼ਿੰਮੇਵਾਰੀ ਨਹੀਂ ਲੈਂਦੇ ਉਹਨਾਂ ਚਿਰ ਉਹਨੂੰ ਛੱਡਣਾ ਨੇ ਅਸੀਂ ਐਲਾਨ ਕੀਤਾ ਸੀਗਾ ਉਦੋਂ ਉਹਦੇ ਨਾਲ ਠੱਲ ਵੀ ਪਈ ਸੀਗੇ ਪਰ ਹੁਣ ਉਹਨਾਂ ਨੇ ਉਸ ਹੀ ਆਪ ਦੇ ਜਿਹੜੇ ਪ੍ਰਾਣੇ ਪਿੱਛੇ ਹਟਣ ਦੀ ਬਜਾਏ ਜਿਹੜਾ ਪ੍ਰਾਣਾ ਜਿਹੜਾ ਹੱਥ ਕੰਡਾ ਉਹ ਨੌਜਵਾਨਾਂ ਨੂੰ ਬਹਿਸ ਤੇ ਜੁਦਾ ਕਰਨ ਵਾਲਾ ਉਹ ਉਹਨਾਂ ਨੇ ਸ਼ੁਰੂ ਕੀਤਾ ਤਾਂ ਕਿ ਇਹ ਨੌਜਵਾਨ ਹੁਣ ਪਿਛਲੇ ਆਹ ਆ ਰਹੇ ਸੀ ਐਲਾਨ ਹੋਇਆ ਅ ਲੱਖਾ ਸਿੰਘ ਸਧਾਣਾ ਵੱਲੋਂ ਜੀ ਉਹਨੂੰ ਸੰਯੁਕਤ ਕਿਸਾਨ ਮੋਰਚੇ ਨੇ ਆਪਣੇ ਕਲਬ ਵਿੱਚ ਲੈ ਲਿਆ ਫੈਸਲਾ ਕਰਕੇ ਉਹਦੇ ਐਲਾਨ ਤੋਂ ਬਾਅਦ ਉਹਨੇ ਐਲਾਨ ਕੀਤਾ ਸੀਗਾ ਵੀ ਮੈਂ ਜੋ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਹੈਗਾ ਉਹਦੇ ਸੱਦੇ ਨੂੰ ਕਬੂਲ ਕਰਦੇ ਹੋਏ ਉਹਦੀ ਅਗਵਾਈ ਦੇ ਵਿੱਚ ਅਸੀਂ ਕੇਐਮਪੀ ਜਾਮ ਕਰਨ ਦੇ ਵਿੱਚ ਹਜ਼ਾਰਾਂ ਨੌਜਵਾਨ ਮੈਂ ਮੈਂ ਤੇ ਨੌਜਵਾਨ ਸ਼ਾਮਲ ਹੋਵਾਂਗੇ ਜਦੋਂ ਇਹ ਐਲਾਨ ਹੋਇਆ ਉਸ ਤੋਂ ਬਾਅਦ ਹੀ ਇਹਨਾਂ ਨੂੰ ਇਹ ਸਰਕਾਰ ਨੂੰ ਇਸ ਗੱਲ ਦੀ ਚਿੰਤਾ ਸ਼ੁਰੂ ਹੋ ਗਈ ਪੁਲਿਸ ਨੂੰ ਵੀ ਇਹ ਮੋੜ ਜਿਹੜੇ ਨੌਜਵਾਨ ਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਸਾਰੀਆਂ ਇਕੱਠੀਆਂ ਹੋ ਗਈਆਂ ਤਾਂ ਉਹਨਾਂ ਨੇ ਇਹ ਨਵੇਂ ਸਿਰੋਂ ਕਾਰਵਾਈ ਸ਼ੁਰੂ ਕੀਤੀ ਹੈ ਕਿਸਾਨਾਂ ਨੂੰ ਨੌਜਵਾਨਾਂ ਨੂੰ ਦਹਿਸ਼ਤ ਜਗਾਉਣ ਦੇ ਖਾਤਰ ਪਰ ਜਿਵੇਂ ਪਹਿਲਾਂ ਉਹਨਾਂ ਦੀ ਚਾਲ ਸਫਲ ਨਹੀਂ ਹੋਈ ਹੁਣ ਵੀ ਅਸੀਂ ਕਹਿੰਦੇ ਆ ਵੀ ਇਹ ਇਹਨਾਂ ਨੂੰ ਚਾਲ ਇਹਨਾਂ ਦੀ ਨਹੀਂ ਸਫਲ ਹੋਊਗੀ ਠੀਕ ਹੈ ਸਰਕਾਰ ਨੂੰ ਤਾਕਤ ਸਰਕਾਰ ਕੋਲੇ ਰਾਜ ਸਤਾ ਹੈਗੀ ਹੈ ਹਾਕਮਾਂ ਨੂੰ ਰਾਜ ਸਤਾ ਦੇ ਜਿਹੜਾ ਨਸ਼ਾ ਹੁੰਦਾ ਉਹਨੂੰ ਰਾਜ ਸਤਾ ਦਾ ਪਰ ਪੰਜਾਬ ਦੇ ਲੋਕਾਂ ਦਾ ਕਿਰਤੀ ਲੋਕਾਂ ਦਾ ਇਤਿਹਾਸ ਹੈ ਵੀ ਜੋ ਆਪਦੇ ਆਈ ਤੇ ਆ ਜਾਣ ਤਾਂ ਉਹ ਇਹਨਾਂ ਦਾ ਹਾਕਮਾਂ ਦਾ ਨਸ਼ਾ ਲਾਉਣ ਵੀ ਜਾਣਦੇ ਆ ਤੇ ਅਸੀਂ ਆ ਜਿਹੜਾ ਲੋਕਾਂ ਨੂੰ ਨਾਲ ਲੈ ਕੇ ਇਹਦਾ ਜਿਹੜਾ ਹੈਗਾ ਇਹਦਾ ਸਖਤ ਵਿਰੋਧ ਕਰਾਂਗੇ ਤੇ ਨਾਲ ਅਸੀਂ ਕਾਨੂੰਨੀ ਪੱਖ ਤੋਂ ਵੀ ਆਪਣੇ ਜਿਹੜੇ ਵਕੀਲ ਆ ਜਿਹੜੇ ਇੱਕ ਸਾਰੇ ਕੇਸ ਲੜ ਰਹੇ ਆ ਉਹਨਾਂ ਨਾਲ ਰਾਇ ਕਰਕੇ ਇਸ ਕਾਰਵਾਈ ਨੂੰ ਕਾਨੂੰਨੀ ਪੱਖ ਤੋਂ ਕਿਵੇਂ ਫਾਈਟ ਕੀਤਾ ਜਾ ਸਕਦਾ ਉਹਤੇ ਵੀ ਵਿਚਾਰਾਂ ਕਰਾਂਗੇ ਤੇ ਇਸ ਤੇ ਕਾਰਵਾਈ ਕਰਾਉਣ ਤੱਕ ਅਸੀਂ ਪਿੱਛੇ ਨਹੀਂ ਹਟਾਂਗੇ ਜੀ